ਕਾਫੀ ਵਿਚਾਰ ਵਟਾਂਦਰੇ ਆਪਸ 'ਚ ਹੋਏ ਮਾਹੌਲ, ਕਿਉਂਕਿ ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ 'ਤੇ ਉੱਥੇ ਬੈਠਦਾ, ਔਰ ਮੈਂ ਜੇ ਕੋਈ ਪ੍ਰਪੋਜ਼ਲ ਇੱਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ। ਤੁਹਾਨੂੰ ਯਾਦ ਹੋਊਗਾ ਇਸੇ ਜਗ੍ਹਾ 'ਤੇ 8 ਤਰੀਕ ਨੂੰ, 8 ਫਰਵਰੀ ਨੂੰ ਜਦੋਂ ਆ ਕੇ ਮੈਂ ਮੀਡੀਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਉਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜ਼ੰਬੀਕ ਤੋਂ ਅਤੇ ਕੋਲੰਬੀਆ ਤੋਂ $2 ਬਿਲੀਅਨ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ, ਇੰਪੋਰਟ ਕਰਦਾ ਭਾਰਤ ਦੇਸ਼ ਕੋਲੰਬੀਆ ਤੋਂ ਮੁਜ਼ੰਬੀਕ ਤੋਂ $2 ਬਿਲੀਅਨ ਦੀਆਂ। ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਔਰ ਦੂਜੇ ਮੰਤਰੀਆਂ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ, ਤੁਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ, ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ 'ਤੇ ਬੀਜਾਂਗੇ ਜੇ ਉਹਦੇ 'ਤੇ ਸਾਨੂੰ MSP ਦੀ ਗਰੰਟੀ ਦੇ ਦਿਓ ਤਾਂ ਅਸੀਂ ਤੁਹਾਨੂੰ ਦਾਲਾਂ ਪੈਦਾ ਕਰਕੇ ਦੇ ਸਕਦੇ ਹਾਂ। ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ। ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ 'ਤੇ ਡਿਪੈਂਡਡ ਸੀ, ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਅਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜ ਦੇ ਭੰਡਾਰ ਜਿਹੜੇ ਭਰਤੇ, ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ। ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜ਼ਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ। ਸੋ ਮੈਂ ਕਿਹਾ ਸੀ ਕਿ ਦਾਲਾਂ ਸਾਨੂੰ ਦਿਓ, ਕਿਹੜੀਆਂ ਕਿਹੜੀਆਂ ਦਾਲਾਂ ਨੇ, ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ, ਪਰ ਉਹਦੇ 'ਤੇ ਸਾਨੂੰ MSP ਦੀ ਗਰੰਟੀ ਹੋਣੀ ਚਾਹੀਦੀ ਹੈ, ਇੱਕ ਇੱਕ ਦਾਣਾ ਚੱਕਣ ਦੀ ਵੀ ਗਰੰਟੀ ਹੋਣੀ ਚਾਹੀਦੀ। ਅੱਜ ਉਸ ਵਿਸ਼ੇ 'ਤੇ ਵੀ ਗੱਲ ਹੋਈ। ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ, ਮੰਤਰੀ ਸਾਹਿਬ ਦੱਸ ਕੇ ਗਏ ਹੋਣੇ। ਅਤੇ ਫਿਰ ਨਰਮਾ ਅਤੇ ਕਪਾਹ, ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ, ਬਰਨਾਲੇ ਦਾ ਇਲਾਕਾ, ਮਾਨਸਾ, ਬਠਿੰਡਾ, ਫਾਜ਼ਿਲਕਾ, ਇੱਧਰ ਅਰਨੀ ਵਾਲਾ, ਪੰਨੀ ਵਾਲਾ, ਜਲਾਲਾਬਾਦ, ਅਬੋਹਰ ਤੱਕ ਸਾਡਾ, ਉਹਨੂੰ ਕਾਟਨ ਬੈਲਟ ਕਹਿੰਦੇ ਸੀ, ਨਰਮਾ ਅਤੇ ਕਪਾਹ ਹੁੰਦੀ ਸੀ, ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉੱਠ ਗਿਆ ਕਿਸਾਨਾਂ ਦਾ, ਕਦੇ ਚਿੱਟੀ ਮੱਖੀ ਨੇ ਖਾ ਲਿਆ, ਕਦੇ ਗੁਲਾਬੀ ਸੁੰਡੀ ਨੇ ਖਾ ਲਿਆ, ਤਾਂ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਫਸਲ ਤੋਂ। ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਰੰਟੀ ਚਾਹੀਦੀ ਹੈ ਖਰੀਦ ਦੀ, ਨਰਮੇ ਅਤੇ ਕਪਾਹ ਦੀ ਵੀ। ਸੋ ਨਾਲ ਨਾਲ ਅੱਜ ਕੱਲ੍ਹ ਮੱਕੀ ਜਿਹੜੀ ਹੈ ਉਹ ਐਥੇਨੋਲ ਬਣਨ ਲੱਗ ਗਿਆ, ਹੋਰ ਕਈ ਜਗ੍ਹਾ 'ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗ ਗਈ, 8 ਪਲਾਂਟ ਤਾਂ ਪੰਜਾਬ ਕੋਲ ਵੀ ਹੈਗੇ ਨੇ ਐਥੇਨੋਲ ਦੇ, ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ MSP ਦੀ ਗਰੰਟੀ ਮਿਲੂਗੀ। ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ, ਜੇ ਕਿਸੇ ਜ਼ਿਮੀਂਦਾਰ ਕੋਲ 10 ਕਿੱਲੇ ਨੇ, ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ, 10 ਦੀ ਬਜਾਏ 6 ਕਿੱਲੇ ਲਾ ਲਾ, 4 ਏਕੜ 'ਚ ਤੂੰ ਮੱਕੀ ਬੀਜ ਲਾ ਜਾਂ ਦਾਲਾਂ ਲਾ ਲਾ, ਦਾਲਾਂ ਬੀਜ ਲਾ, ਤਾਂ ਉਹ ਬੀਜ ਲੂਗਾ ਵਿਸ਼ਵਾਸ 'ਤੇ, ਪਰ
ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ, ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ, ਜਿਹਨੂੰ ਧਾਨ ਵੀ ਕਹਿ ਦਿੰਦੇ ਆ, ਰਾਈਸ ਕਹਿ ਲਓ, ਮੁੰਜੀ ਕਹਿ ਦਿੰਦੇ ਆ, ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ, ਓਨਾ ਹੀ ਉਹਨੂੰ ਬਾਕੀ 4 ਕਿੱਲਿਆਂ 'ਚ, ਭਾਵੇਂ ਦਾਲਾਂ 'ਚੋਂ ਭਾਵੇਂ ਮੱਕੀ 'ਚੋਂ, ਓਨਾ ਹੀ ਉਹਨੂੰ 4 ਕਿੱਲਿਆਂ 'ਚੋਂ ਹੋਣਾ ਚਾਹੀਦਾ। ਨਹੀਂ ਉਹ ਵਾਪਸ ਅਗਲੇ ਸਾਲ ਫਿਰ 10 ਦੇ 10 ਕਿੱਲਿਆਂ 'ਚ ਝੋਨਾ ਲਾਊਗਾ। ਸੋ ਕਰੋਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ। ਸੋ ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਅੱਜ ਆਇਆ, ਜਿਹ 'ਚ ਨਫਾਡ ਜਿਹੜੀ ਏਜੰਸੀ ਹੈ ਸੈਂਟਰ ਦੀ, ਅਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ, ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ, ਪਿਊਸ਼ ਜੀ, ਪਿਊਸ਼ ਗੋਇਲ ਜੀ ਦੇ ਮਹਿਕਮੇ 'ਚ ਆਉਂਦੀ ਹੈ, ਵੀ ਉਹ ਸਾਨੂੰ ਗਰੰਟੀ ਦੇ ਦੇਣ। ਲਿਖਤੀ ਐਗਰੀਮੈਂਟ ਹੋਊਗਾ ਲੀਗਲ, ਜਿਹਨੂੰ ਚੈਲੇਂਜ ਕੀਤਾ ਜਾ ਸਕੇਗਾ ਕਿ ਅਸੀਂ ਇੰਨੇ ਸਾਲ ਵਾਸਤੇ, ਉਹਦਾ 2 ਸਾਲ ਕਹਿੰਦੇ ਸੀ, ਮੈਂ ਕਿਹਾ ਜੀ ਨਹੀਂ 5 ਸਾਲ ਤਾਂ ਕਰੋ ਨਾ, ਕੋਈ ਐਂ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ। ਅਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ 'ਚ, ਪਰ ਏਜੰਸੀ ਤਾਂ ਸੇਮ ਰਹੂਗੀ ਨਾ, ਨਫਾੜ ਤਾਂ ਨਹੀਂ ਬਦਲਦੀ ਨਾ। ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕਨਿਜ਼ਮ ਬਣ ਜੇ ਕਿ ਸਾਨੂੰ, ਦੇਖੋ ਝੋਨਾ ਅਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ MSP 'ਤੇ, ਜੇ ਆਹ 6-7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ, ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ, ਪੰਜਾਬ ਦੀ ਧਰਤੀ ਇਹਨਾਂ ਨੂੰ ਮੰਨਦੀ ਹੈ, ਮੰਨਦੀ ਹੈ ਮੀਨਸ ਪੰਜਾਬ ਦੀ ਧਰਤੀ ਉਗਾ ਸਕਦੀ ਹੈ, ਤਾਂ ਇਹ ਪ੍ਰਪੋਜ਼ਲ। ਅਤੇ ਕਿਸਾਨ, ਮੈਂ ਤਾਂ ਇੱਕ ਵਕੀਲ ਦੇ ਤੌਰ 'ਤੇ ਬੈਠਾ ਸੀ, ਫੈਸਲਾ ਤਾਂ ਉਹਨਾਂ ਨੇ ਲੈਣਾ ਜੀ। ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਹਜੇ ਸਮਰੱਥ ਨਹੀਂ ਹੈਗੇ, ਅਸੀਂ ਜਾ ਕੇ ਡਿਸਕਸ ਕਰ ਲੈਂਦੇ ਹਾਂ ਆਪਣੇ ਸਾਥੀਆਂ ਨਾਲ, ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ। ਅਤੇ ਫਿਰ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ, ਸੈਂਟਰ ਵਾਲਿਆਂ ਨੇ, ਕਿ ਅਸੀਂ ਵੀ ਡਿਸਕਸ ਕਰ ਲੈਂਦੇ ਹਾਂ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰਡਨ ਪਊਗਾ, ਜਾਂ ਫਿਰ ਇਹਦੇ ਨਾਲ, ਕਿਉਂਕਿ ਜੇ ਕਾਨੂੰਨ ਇਹ ਲਾਗੂ ਹੋਊਗਾ ਤਾਂ ਸਾਰੇ ਦੇਸ਼ 'ਤੇ ਹੋਊਗਾ, ਇਹ ਨਹੀਂ ਹੈਗਾ ਕਿ ਇੱਕ ਇਕੱਲੇ ਪੰਜਾਬ ਲਈ ਜਾਂ ਹਰਿਆਣੇ ਲਈ ਕਾਨੂੰਨ ਬਣ ਜੂਗਾ, ਸਾਰੇ ਦੇਸ਼ ਵਾਸਤੇ ਕਾਨੂੰਨ ਬਣੂਗਾ, ਤਾਂ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ। ਸੋ ਫੈਸਲਾ ਉਹਨਾਂ ਨੇ ਕਰਨਾ। ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ, 4th ਮੀਟਿੰਗ ਹੈ, ਖੁੱਲ੍ਹਾ ਟਾਈਮ ਹੈ, ਜਿੰਨੇ ਵਜੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ, ਸਾਨੂੰ ਡਿਸਕਸ ਕਰ ਲੈਣ ਦਿਓ, 5 ਘੰਟੇ ਲਵਾਂਗੇ, ਕੋਈ ਪ੍ਰੋਬਲਮ ਨਹੀਂ। ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ, ਠੰਡ ਹੈ, ਕੱਲ੍ਹ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ, ਇੱਕ 2 ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ, ਇੱਕ ਅੱਜ ਸਮਾਣੇ ਦੇ ਨੇੜੇ ਜਿਹੜਾ ਮੌਤ ਹੋਈ ਹੈ, ਇੱਕ ਗਿਆਨ ਸਿੰਘ ਜਿਹੜੇ ਚਾਚੋਕੀ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਦੇ, ਉਹਨਾਂ ਦੀ ਜਿਹੜੀ ਮੌਤ ਹੋਈ ਹੈ। ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ, ਇੱਕ ਦੂਜੇ ਨਾਲ ਭਿੜੀਏ ਜੇ ਗੱਲਬਾਤ ਨਾਲ, ਕਿਉਂਕਿ ਆਫਟਰਆਲ ਤਾਂ ਜਿੱਥੇ ਵੀ ਮਰਜ਼ੀ ਜਾਵਾਂਗੇ ਹੋਊਗੀ ਤਾਂ ਗੱਲਬਾਤ ਰਾਹੀਂ, ਪਰ ਮੈਂ ਪੋਜ਼ਿਟਿਵ ਐਟੀਚਿਊਡ ਨਾਲ ਚੱਲ ਰਿਹਾ, ਅਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅੱਧੀ ਰਾਤ ਹੋ ਜਾਵੇ, ਚਾਹੇ ਦੁਪਹਿਰੇ ਬੁਲਾ ਲੈਣ, ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਾਂ, ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹਾਂ। ਪਰ ਹਾਂ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ 3.5 ਕਰੋੜ ਪੰਜਾਬੀ ਨੇ, ਉਹਨਾਂ ਦੇ
ਕਿਸੇ ਦੇ ਪੇਪਰ ਚੱਲ ਰਹੇ ਨੇ, ਅਸੀਂ ਉਹਨਾਂ ਨੂੰ ਫਿਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ, ਫਿਰ ਉਹ ਕਹਿੰਦੇ ਨੇ ਅਸੀਂ 5 ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਕਰਾਂਗੇ, ਆਹ ਕਰਾਂਗੇ, ਤਾਂ ਸਾਨੂੰ ਜਿਹੜੀ ਹੈ ਤੰਗ ਨਾ ਕਰੋ। ਕਿਸਾਨ ਯੂਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ, ਜਿਹੜੇ ਜਿੰਨੇ ਵੀ ਇਸ ਵਕਤ ਬਾਰਡਰ 'ਤੇ ਵੀ ਬੈਠੇ ਨੇ ਕਿਸਾਨ, ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਇਸ ਗੱਲ ਦੀ ਦਿੰਦਾ ਕਿ ਉਹਨਾਂ ਨੇ ਕੋਈ ਪਹਿਲ ਨਹੀਂ ਕੀਤੀ ਕਿਸੇ ਪੱਖ ਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋ ਗਏ ਜਾਂ ਹਮਲਾਵਰ ਹੋ ਗਏ ਜਾਂ ਕੋਈ ਹੋਰ ਵਿੱਚ ਕੋਈ ਸ਼ਰਾਰਤੀ ਅੰਸਰ ਹੋਊ ਇੱਕ ਅੱਧਾ ਉਹਦੇ ਨਾਲ, ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ। ਸੋ ਪੰਜਾਬ ਦੇ ਲੋਕਾਂ ਦੇ ਜਾਨ ਦੀ, ਮਾਲ ਦੀ, ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਮੇਰਾ ਫਰਜ਼ ਹੈ। ਸੋ ਇਸ ਕਰਕੇ ਇਹ ਅੱਗੇ ਹੁਣ ਕਿਸਾਨ ਯੂਨੀਅਨਾਂ ਤੁਹਾਨੂੰ ਦੱਸ ਦੇਣਗੇ ਆ ਕੇ ਕਿ ਉਹ ਕੀ ਫੈਸਲਾ ਲੈਂਦੇ ਨੇ ਕੱਲ੍ਹ ਤੱਕ, ਅਤੇ ਉਹ ਤੋਂ ਬਾਅਦ ਫਿਰ ਜੇ ਗੱਲ ਕਰਨੀ ਪਈ ਤਾਂ ਫਿਰ ਦੁਬਾਰਾ ਗੱਲ ਕਰਨੀ। ਬਿਲਕੁਲ ਹੈ ਜੀ, ਬਿਲਕੁਲ ਹੈ, ਕੋਈ ਦਰਵਾਜ਼ਾ ਬੰਦ ਨਹੀਂ ਹੋਇਆ, ਇਹ ਤਾਂ ਹਜੇ ਸ਼ੁਰੂਆਤ ਹੈ। ਜੇ ਇਹਨਾਂ 'ਤੇ ਮੰਨ ਲੈਂਦੇ ਨੇ ਤਾਂ ਅਗਲੀਆਂ ਜਿਹੜੀਆਂ ਫਸਲਾਂ ਨੇ ਜਾਂ ਕੋਈ ਹੋਰ ਫਸਲਾਂ ਜਿਹੜੀਆਂ ਉੱਗਦੀਆਂ ਨੇ ਉਹਨਾਂ ਬਾਰੇ ਵੀ ਆਪਾਂ ਜਿਹੜਾ ਦਰਵਾਜ਼ਾ ਜਿਹੜਾ ਖੁੱਲ੍ਹਾ ਰੱਖ ਸਕਦੇ ਹਾਂ। ਕਿਹੜੀਆਂ ਜੀ? ਨਰਮਾ ਕਪਾਹ ਹੋ ਗਈ ਜੀ, ਨਹੀਂ ਨਹੀਂ ਜਿਹੜਾ ਜਿਹੜਾ ਜਿਵੇਂ ਹੁਣ ਮੱਕੀ 'ਤੇ ਜੋ NSEP ਦੀ ਮੇਰੇ ਖਿਆਲ ਜਿਹੜੀ ਹੈਗੀ ਹੈ ਨਾ, ਜਿਹੜੀ ਗਰੰਟੀ ਜਿਹੜੀ MSP ਦਿੰਦੀ ਹੈ ਕੰਪਨੀ, ਉਸ ਫਾਰਮੂਲੇ 'ਤੇ ਆਧਾਰਿਤ ਹੈ ਕਿ ਫਸਲਾਂ ਨਰਮਾ ਅਤੇ ਕਪਾਹ ਜੀ, ਜੋ ਬਿਲਕੁਲ ਬਹੁਤ ਘੱਟ ਗਿਆ ਜੀ, ਕਿਉਂਕਿ ਚਿੱਟੀ ਸੁੰਡੀ ਅਤੇ ਗੁਲਾਬੀ ਸੁੰਡੀ ਨੇ ਉਹਨਾਂ ਨੇ ਖਤਮ ਕਰਤਾ ਵਿਸ਼ਵਾਸ। ਸੋ ਨਰਮਾ ਕਪਾਹ ਨੂੰ ਵਾਪਸ ਲੈ ਕੇ ਆ ਸਕਦੇ ਹਾਂ, ਜੇ ਕੋਟਨ ਜਿਹੜੀ ਹੈ ਕਾਰਪੋਰੇਸ਼ਨ ਆਫ ਇੰਡੀਆ ਸਾਡਾ ਨਰਮਾ ਕਪਾਹ ਚੱਕੇ 100%, ਇੱਕ ਇੱਕ ਫੁੱਟ ਨਰਮੇ ਦਾ, ਕਪਾਹ ਦਾ ਇੱਕ ਇੱਕ ਫੁੱਟ ਜੋ ਹੈ MSP 'ਤੇ। ਫਿਰ ਮੱਕੀ ਹੈ, ਮੱਕੀ ਕਿਉਂਕਿ ਅੱਜ ਕੱਲ੍ਹ ਐਥੇਨੋਲ ਵਗੈਰਾ ਬਣਨ ਲੱਗ ਗਿਆ ਤਾਂ ਮੱਕੀ ਵਾਸਤੇ ਪ੍ਰਾਈਵੇਟ ਸੈਕਟਰ ਵੀ ਆਊਗਾ, ਉਹਨੂੰ ਬਹੁਤ ਜ਼ਿਆਦਾ ਚਾਹੀਦੀ ਹੈ ਮੱਕੀ। ਤਾਂ ਮੱਕੀ ਦਾ ਵੀ ਜੇ ਸਾਨੂੰ ਭਾਅ ਮਿਲਣ ਲੱਗ ਜੇ ਤਾਂ ਅਸੀਂ ਝੋਨੇ ਤੋਂ ਸਾਡਾ ਜਿਹੜਾ ਕ੍ਰੋਪ ਡਾਇਵਰਸੀਫਿਕੇਸ਼ਨ ਦੇ ਵਿੱਚ ਅਸੀਂ ਝੋਨੇ ਤੋਂ ਥੋੜ੍ਹਾ ਜਿਹਾ ਹਟ ਸਕਦੇ ਹਾਂ। ਫਿਰ ਦਾਲਾਂ ਨੇ ਜਿਵੇਂ ਅਰਹਰ ਹੈ, ਮਾਂਹ ਦੀ ਦਾਲ ਹੈ, ਮਸੂਰ ਹੈ, ਮਤਲਬ ਜੇ ਇਹ ਦਾਲਾਂ ਜਿਹੜੀਆਂ ਕਿ ਅਸੀਂ ਬਾਹਰੋਂ ਮੰਗਾਉਂਦੇ ਹਾਂ ਉਹ ਦੇਸ਼ ਦਾ ਵੀ ਫਾਇਦਾ ਹੋਊਗਾ ਕਿ ਬਾਹਰੋਂ ਨਹੀਂ ਮੰਗਾਉਣਾ ਪਊਗਾ, ਅਤੇ ਸਾਡੇ ਕਿਸਾਨ ਦਾ ਵੀ ਫਾਇਦਾ ਹੋਊਗਾ ਕਿ ਪਾਣੀ ਵੀ ਬਚੂਗਾ ਸਾਡਾ, ਕਿਉਂਕਿ ਘੱਟ ਪਾਣੀ ਲੈਂਦੀਆਂ ਨੇ ਇਹ ਫਸਲਾਂ, ਅਤੇ ਜਿਹੜਾ ਸਾਡਾ 600-700 ਫੁੱਟ 'ਤੇ ਚਲਾ ਗਿਆ ਪਾਣੀ ਉਹ ਵੀ ਬਚੂਗਾ, ਅਤੇ ਨਾਲ ਕਿਸਾਨ ਨੂੰ ਕਿਉਂਕਿ 8,000-7,000 ਤੋਂ ਉੱਪਰ ਇਹਨਾਂ ਦੀ ਪ੍ਰਾਈਸ ਹੈ, ਜੇ ਸਾਨੂੰ ਲਿਖਤ ਗਰੰਟੀ ਮਿਲ ਜਾਂਦੀ ਹੈ ਅਸੀਂ ਇਹ ਬੀਜੀਏ ਅਤੇ ਉਹ ਚੱਕਣ ਚਾਹੇ ਜਿਵੇਂ ਮਰਜ਼ੀ ਚੱਕਣ, ਤਾਂ ਫਿਰ ਜਿਹੜਾ ਉਹ ਸਰਕਲ ਜਿਹੜਾ ਹੋਰ ਫਸਲਾਂ ਦਾ ਜਿਹੜਾ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਜੇ ਝੋਨੇ ਤੋਂ ਜੇ ਪਰਾਲੀ ਤੋਂ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਝੋਨੇ ਤੋਂ ਪਰਾਲੀ ਹੁੰਦੀ ਹੈ, ਬਾਅਦ 'ਚ ਤੁਸੀਂ ਕਹਿੰਦੇ ਹੋ ਸਾਨੂੰ ਪਰਚੇ ਕਰੋ, ਇਹਨਾਂ ਨੂੰ ਰੈੱਡ ਐਂਟਰੀਆਂ 'ਚ ਪਾਓ, ਝੋਨਾ ਕਿਸਾਨ ਵੀ ਕਹਿੰਦਾ ਕਿ ਝੋਨੇ ਤੋਂ ਸਾਡਾ ਖਹਿੜਾ ਛੱਡਾ ਦਿਓ, ਪਰ ਉਹਦੇ ਬਦਲੇ ਅਸੀਂ ਬੀਜੀਏ ਕੀ ਅਤੇ ਉਹਦਾ ਮੰਡੀਕਰਨ ਕੀ ਹੋਊਗਾ। ਸੋ ਮੰਡੀਆਂ ਹੈਗੀਆਂ ਨੇ, ਮੰਡੀਆਂ ਕੋਈ ਪ੍ਰੋਬਲਮ ਨਹੀਂ, ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ, ਪਰ ਜੇ MSP ਦੀ ਗਰੰਟੀ ਹੋ ਗਈ ਲਿਖਤੀ, ਉਸ MSP ਨੂੰ ਕੋਰਟ ਦੇ ਵਿੱਚ ਵੀ ਚੈਲੇਂਜ ਕੀਤਾ ਜਾ ਸਕਦਾ ਹੋਇਆ, ਲੀਗਲ ਹੋ ਗਈ, ਤਾਂ ਇਹ ਮਤਲਬ ਅਸੀਂ ਹੋਰ ਫਸਲਾਂ ਵੱਲ ਜਾ ਸਕਦੇ ਹਾਂ। ਅਤੇ ਪਰ ਇਹ ਫੈਸਲਾ ਕਿਸਾਨ ਜਥੇਬੰਦੀਆਂ ਨੇ ਕਰਨਾ ਕਿ ਉਹ ਕੱਲ੍ਹ ਨੂੰ ਜਾ ਕੇ ਉਹ ਉਹਨਾਂ ਨਾਲ ਗੱਲ ਕਰ ਲੈਣ ਆਪਣੇ ਸਾਰੇ ਜਿੰਨੇ ਵੀ ਹੋਰ ਉਹਨਾਂ ਦੇ ਸਾਥੀ ਨੇ ਅਤੇ ਉਹ ਕੀ ਫੈਸਲਾ ਕਰਦੇ ਨੇ, ਉਹ ਤੋਂ ਬਾਅਦ ਫਿਰ ਸਾਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਅਤੇ ਅਫਸਰ ਸਾਹਿਬਾਨ ਉਹ ਸਾਰਾ
ਉਹਨਾਂ ਨਾਲ ਗੱਲਬਾਤ ਕਰ ਲੈਣਗੇ। ਦੁਬਾਰਾ ਆਉਣਾ ਪਿਆ ਜਦੋਂ ਵੀ ਮਰਜ਼ੀ ਦੁਬਾਰਾ ਆਉਣਾ ਪਿਆ ਬਹਿਣਾ ਪਿਆ ਜੋ ਜਾਂ ਕੋਈ ਉੱਥੋਂ ਸੁਝਾਅ ਲੈ ਕੇ ਆਏ ਉਹ ਜਿੱਥੇ ਅੰਦੋਲਨ ਚੱਲ ਰਿਹਾ ਤਾਂ ਅਸੀਂ ਉਹਦਾ ਵੀ ਸਤਿਕਾਰ ਕਰਾਂਗੇ। ਪੰਜਾਬ ਸਰਕਾਰ ਦੇਖੋ ਜੀ ਗੱਲ ਇਹ ਇਹ ਦੇਖੋ ਜਦੋਂ ਲਿਖ ਕੇ ਹੀ ਦੇ ਜਦੋਂ ਲਿਖ ਕੇ ਦੇ ਰਿਹਾ 5 ਸਾਲ ਵਾਸਤੇ ਤਾਂ ਫਿਰ ਉਹ ਗਰੰਟੀ ਹੋਊਗੀ। ਤੋ ਇਸ ਕਰਕੇ ਅੱਗੇ ਜੇ ਕੋਈ ਇਹਦੇ ਵਿੱਚ ਕੋਈ ਹੋਰ ਮੈਕੇਨਿਜ਼ਮ ਐਡ ਕਰਨਾ ਪਿਆ ਕਿਉਂਕਿ ਹੋ ਸਕਦਾ ਕਿਸਾਨਾਂ ਕੋਲ ਜਾ ਕੇ ਜਦੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਦੇ ਉੱਥੇ ਜਾ ਕੇ ਗੱਲ ਕਰਨਗੇ ਹੋ ਸਕਦਾ ਕੋਈ ਹੋਰ ਵਧੀਆ ਆਈਡੀਆ ਇੱਕ ਨਿਕਲਿਆ ਹੋਵੇ ਕਿ ਇਹਦੀ ਥਾਂ 'ਤੇ ਆਹ ਕਰ ਲਓ ਆਹ ਆਪਾਂ ਨੂੰ ਜ਼ਿਆਦਾ ਫਾਇਦੇਮੰਦ ਹੈ। ਮੈਨੂੰ ਸਿਰਫ ਇੱਕੋ ਹੀ ਹੈ ਕਿ ਪੰਜਾਬ ਦੇ ਕਿਸਾਨ ਦਾ ਹਰਿਆਣੇ ਦੇ ਕਿਸਾਨ ਦਾ ਦੇਸ਼ ਦੇ ਕਿਸਾਨ ਦਾ ਨੁਕਸਾਨ ਨਾ ਹੋਵੇ ਜੋ ਮਰਜ਼ੀ ਐਗਰੀਮੈਂਟ ਹੋਵੇ ਉਹਨੂੰ ਬੈਠ ਕੇ ਕਿਉਂਕਿ ਮੈਂ ਇੱਥੇ ਤਾਂ ਬਣਾ ਨਹੀਂ ਸਕਦਾ ਇਹ 'ਚ ਵੀ ਅਸੀਂ ਕਿਸਾਨ ਵੀ ਜਿਹੜੇ ਨੇ ਉਹ ਵੀ ਅਸੀਂ ਜਿਹੜੇ ਅਰਥ ਸ਼ਾਸਤਰੀ ਨੇ ਉਹਨਾਂ ਤੋਂ ਉਹ ਵੀ ਕਿਸਾਨ ਵੀ ਰਾਏ ਲੈਣ ਅਤੇ ਸਰਕਾਰ ਵੀ ਆਪਣੇ ਜਿੰਨੇ ਵੀ ਇਕਨੋਮਿਸਟ ਨੇ ਉਹਨਾਂ ਨੂੰ ਪੁੱਛੇ ਕਿ ਇਹਦਾ ਕਿੰਨਾ ਖਰਚਾ ਹੋਊਗਾ ਕਿੰਨੀ ਕੁ ਦੇਰ ਲਈ ਦੇ ਸਕਦੇ ਹਾਂ ਕੀ ਕਰ ਸਕਦੇ ਹਾਂ। ਸੋ ਇਸ ਕਰਕੇ ਬਾਕੀ ਜਿਹੜਾ ਗੱਲਬਾਤ ਦਾ ਦੌਰ ਹੈ ਉਹ ਜਾਰੀ ਰਹੂਗਾ ਪਰ ਮੇਰਾ ਪ੍ਰਾਇਓਰਟੀ ਇੱਕ ਹੈ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਜਾਨ ਮਾਲ ਦੀ ਪੰਜਾਬ ਦੇ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਸ਼ਾਂਤੀ ਬਣਾ ਕੇ ਰੱਖਣ ਦੀ ਮੈਂ ਅਪੀਲ ਕਰਦਾ ਅਤੇ ਜਦੋਂ ਹੀ ਕੋਈ ਫੈਸਲਾ ਕਿਸਾਨਾਂ ਵੱਲੋਂ ਆ ਗਿਆ ਜਾਂ ਸੈਂਟਰ ਨੇ ਸਾਨੂੰ ਕੰਟੈਕਟ ਕੀਤਾ ਕਿ ਅਸੀਂ ਆਹ ਕਰ ਸਕਦੇ ਹਾਂ ਤਾਂ ਮੈਂ ਫਿਰ ਇੱਕ ਵਾਰੀ ਬ੍ਰਿਜ ਦੇ ਤੌਰ 'ਤੇ ਇੱਕ ਪੁਲ ਦੇ ਤੌਰ 'ਤੇ ਮੈਂ ਬੈਠਣ ਨੂੰ ਤਿਆਰ ਹਾਂ।